ਸਿਹੇ ਦੇ ਤੌਰ ਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਵੰਨੀ ਲੋਕਾਂ ਦੀਆਂ ਨਜ਼ਰਾਂ, ਕਿਉਂਕਿ ਇੱਕ ਇਸ ਤਰ੍ਹਾਂ ਦੇ ਧੜੱਲੇਦਾਰ ਲੀਡਰ ਨੇ, ਉਹ ਸ਼ਖਸੀਅਤ ਨੇ ਜਿਹੜੇ ਕਿ ਕਿਸੇ ਵੀ ਕੰਮ ਨੂੰ, ਕਿਸੇ ਵੀ ਰੋਡ ਮੈਪ ਨੂੰ ਜੋ ਲੋਕਾਂ 'ਚ ਲੈ ਕੇ ਜਾਂਦੇ ਆ ਉਹਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਆ। ਜੋ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਮਲੂਕਾ ਸਾਹਿਬ ਦਾ ਰੋਡ ਮੈਪ ਦਿੱਤਾ ਗਿਆ, ਲੋਕ ਉਸ 'ਤੇ ਵਿਸ਼ਵਾਸ ਕਰਦੇ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ, ਵਪਾਰੀ ਨੂੰ, ਦੱਬੇ ਕੁਲਚਲੇ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਕਿਸਾਨਾਂ ਨੂੰ, ਉਹਨਾਂ 'ਤੇ ਭਰੋਸਾ ਹੈ। ਅਤੇ ਇਹ ਜੋ ਕੁੰਡੀਆਂ ਦੇ ਸਿੰਘ ਤੁਸੀਂ ਕਹਿ ਰਹੇ ਹੋ ਵੀ ਬਾਕੀ ਦੋ ਜੋ ਉਮੀਦਵਾਰ ਨੇ, ਆਪਾਂ ਉਹਨਾਂ ਨੂੰ ਇੱਕ ਉਮੀਦਵਾਰ ਨੂੰ ਤਾਂ ਪਹਿਲਾਂ ਦੇਖ ਚੁੱਕੇ ਹਾਂ, ਦੂਸਰੇ ਉਮੀਦਵਾਰ ਦੀ ਸ਼ਖਸੀਅਤ ਬਾਰੇ ਮੈਂ ਇੰਨਾ ਹੀ ਕਹੂੰਗਾ ਕਿ ਕੁਛ ਲੋਕ ਮੌਕਾ ਪ੍ਰਸਤੀ ਦੀ ਸਿਆਸਤ ਨਾਲ ਬਾਹਰੋਂ ਆ ਕੇ ਟਿਕਟ ਲੈ ਲੈਂਦੇ ਹੈ ਅਤੇ ਉਹਨਾਂ ਦਾ ਜੋ ਕਿਰਦਾਰ ਹੈ ਲੋਕ ਆਪ ਹੀ ਜਾਣਦੇ ਹੈ। ਲੂਕਾ ਸਾਹਿਬ ਦੇ ਬਰਾਬਰ ਜਿਹੜਾ ਇਹਨਾਂ ਦਾ ਕਿਰਦਾਰ ਤੁਲਨਾ 'ਚ ਮੇਰਾ ਖਿਆਲ ਕਿਤੇ ਵੀ ਨਹੀਂ ਖੜਦਾ। ਅਤੇ ਲੋਕ ਜਿਹੜਾ ਹੈਗੇ ਮਲੂਕਾ ਸਾਹਿਬ ਦੀ ਸ਼ਖਸੀਅਤ ਨੂੰ ਅਤੇ ਉਹਨਾਂ ਦੇ ਕੰਮਾਂ ਨੂੰ ਦੇਖ ਚੁੱਕੇ ਹੈ ਅਤੇ ਉਸ ਦੇ ਮੁਤਾਬਕ ਹੀ ਫੈਸਲਾ ਕਰਕੇ ਮਲੂਕਾ ਸਾਹਿਬ ਨੂੰ ਕਾਮਯਾਬ ਕਰਨਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਵੇਖ ਰਹੇ ਹੋ NC7 ਨਿਊਜ਼ ਅਤੇ ਮੈਂ ਤੁਹਾਡਾ ਆਪਣਾ ਜਸਵੀਰ ਔਲਖ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਸ਼ਖਸੀਅਤ ਦੀ ਜਿਸ ਦਾ ਰਾਜਨੀਤਿਕ ਤੌਰ ਦੇ ਉੱਪਰ ਕਾਫੀ ਵੱਡਾ ਨਾਂ ਗਾ, ਰਾਜਨੀਤੀ ਦੇ ਨਾਲ ਨਾਲ ਸਮਾਜ ਸੇਵਾ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੇ ਆਪਣਾ ਕਾਫੀ ਵੱਡਾ ਨਾਮ ਬਣਾਇਆ। ਗੱਲ ਕਰਾਂਗੇ ਸ਼ਹਿਰ ਦੇ ਉੱਘੇ ਸਿਆਸੀ, ਜੇਕਰ ਆਪਾਂ ਕਹਿ ਲਈਏ ਸਿਆਸੀ ਆਦਮੀ ਸੁਰਿੰਦਰ ਜੌੜਾ ਦੀ। ਸੁਰਿੰਦਰ ਜੌੜਾ ਸਾਹਿਬ ਸਾਡੇ ਨਾਲ ਮੌਜੂਦ ਆ। ਸੁਰਿੰਦਰ ਜੌੜਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ NC7 ਨਿਊਜ਼ ਚੈਨਲ ਦੇ ਵਿੱਚ। ਮੇਰੇ ਵੱਲੋਂ ਵੀ NC7 ਦੇ ਤਮਾਮ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ, ਧੰਨਵਾਦ ਜੀ। ਜੌੜਾ ਸਾਹਿਬ, ਤੁਸੀਂ ਕਾਫੀ ਰਾਜਨੀਤਿਕ ਜਿਹੜੀ ਗਤੀਵਿਧੀਆਂ ਉਹਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਹਿੱਸਾ ਲੈਂਦੇ ਹੋ, ਤੇ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਤੁਹਾਡਾ ਪ੍ਰਵੇਸ਼ ਹੋਇਆ ਜੀ? ਮੈਂ ਬੇਸਿਕ ਤੌਰ 'ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਚਰ ਰਿਹਾ ਸੀ। ਲੋਕਾਂ ਦੀ ਸੇਵਾ ਕਰਦੇ ਹੋਏ ਮੈਂ ਮਹਿਸੂਸ ਕੀਤਾ ਵੀ ਇਹ ਜੇ ਆਪਾਂ ਚੰਗੇ ਤਰੀਕੇ ਨਾਲ ਲੋਕਾਂ ਦਾ ਸੇਵਾ ਕਰਨਾ ਹੈ, ਉਹਨਾਂ ਦਾ ਫਾਇਦਾ ਕਰਨਾ, ਤਾਂ ਜੋ ਰਾਜਨੀਤਿਕ ਤੌਰ 'ਤੇ ਮਸਲੇ ਹੱਲ ਹੋਣ ਵਾਲੇ ਆ ਉਹਨਾਂ ਨੂੰ ਰਾਜਨੀਤੀ ਵਿੱਚ ਜਾ ਕੇ ਹੀ ਹੱਲ ਕਰਵਾਇਆ ਜਾ ਸਕਦਾ, ਇਸ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਵਾਲੇ ਪਾਸੇ ਮੁੜਨਾ ਪਿਆ। ਜੌੜਾ ਸਾਹਿਬ, ਤੁਸੀਂ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹੋ, ਅਕਾਲੀ ਦਲ ਦੇ ਵਿੱਚ ਆਉਣ ਦਾ ਜਿਹੜਾ ਖਿਆਲ ਆ ਉਹ ਤੁਹਾਨੂੰ ਕਿਵੇਂ ਆਇਆ? ਸਰ, ਅਕਾਲੀ ਦਲ ਪਾਰਟੀ ਦੇ ਨੁਮਾਇੰਦੇ ਇੱਥੋਂ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ, ਜੋ ਹਲਕਾ ਰਾਮਪੁਰਾ ਫੂਲ ਤੋਂ ਨੁਮਾਇੰਦਗੀ ਕਰਦੇ ਹੈ, ਉਹ ਉਹਨਾਂ ਦਾ ਜੋ ਸ਼ਖਸੀਅਤ ਹੈ ਮੁੱਖ ਤੌਰ 'ਤੇ, ਉਹ ਚਾਹੇ ਰਾਜਨੀਤਿਕ ਬੰਦੇ ਹੈ ਪਰ ਉਹਨਾਂ ਦੇ ਮਨ 'ਚ ਲੋਕਾਂ ਦੀ ਸੇਵਾ ਭਾਵਨਾ ਅਤੇ ਪੰਜਾਬ ਦਾ ਵਿਕਾਸ ਅਤੇ ਹਲਕੇ ਰਾਮਪੁਰੇ ਫੂਲ ਦੇ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨਾਲ ਚੱਲਣ ਦਾ ਫੈਸਲਾ ਕੀਤਾ ਸੀ। ਜੌੜਾ ਸਾਹਿਬ, ਜਿਵੇਂ ਆਮ ਪਬਲਿਕ ਵੀ ਕਹਿੰਦੀ ਆ ਵੀ ਮਲੂਕਾ ਸਾਹਿਬ ਨਾਲ ਤੁਹਾਡੀ ਕਾਫੀ ਗੂੜੀ ਜਾਰੀ ਆ, ਇਹ ਮਲੂਕਾ ਸਾਹਿਬ ਨਾਲ ਗੂੜੀ ਜਾਰੀ ਕਿਵੇਂ ਪਈ ਜੀ? ਜਦੋਂ ਮੈਂ ਵਪਾਰੀ ਨੇਤਾ ਦੇ ਤੌਰ 'ਤੇ ਵਪਾਰ ਮੰਡਲ ਵਿੱਚ ਆਪਣਾ ਕੰਮ ਕਰ ਰਿਹਾ ਸੀ, ਸ਼ਹਿਰ ਦੇ ਵਪਾਰੀਆਂ ਨਾਲ ਮੈਂ ਕਾਫੀ ਜ਼ਿਆਦਾ ਕੰਮ ਕੀਤਾ, ਉਸ ਵੇਲੇ ਮਲੂਕਾ ਸਾਹਿਬ ਨਾਲ ਵਪਾਰੀਆਂ ਦੇ ਮਸਲੇ ਲੈ ਕੇ ਮੈਂ ਜਾਂਦਾ ਸੀ ਅਕਸਰ, ਤਾਂ ਮਲੂਕਾ ਸਾਹਿਬ ਪਹਿਲ ਦੇ ਆਧਾਰ 'ਤੇ ਵਪਾਰੀਆਂ ਦੇ ਮਸਲੇ ਹੱਲ ਵੀ ਕਰਵਾਉਂਦੇ ਸੀ ਅਤੇ ਨਾਲ ਨਾਲ ਦਿਸ਼ਾ ਨਿਰਦੇਸ਼ ਵੀ ਦਿੰਦੇ ਸੀ ਵੀ ਵਪਾਰੀਆਂ ਨੂੰ ਕੋਈ ਮੁਸ਼ਕਲ ਨਾ ਆਵੇ ਉਸ ਲਈ ਤੁਸੀਂ ਕੀ ਕਰਨਾ। ਅਸੀਂ ਕਿਉਂਕਿ ਉਸ ਵੇਲੇ ਵਪਾਰ ਮੰਡਲ ਦੇ ਤੌਰ 'ਤੇ ਉਹਨਾਂ ਨਾਲ ਜਿੰਨੇ ਵੀ ਮਸਲੇ ਵਿਚਾਰੇ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੱਕ ਸਾਨੂੰ ਲਿਜਾ ਕੇ ਅਤੇ ਸਾਰੇ ਵਪਾਰੀਆਂ ਦੇ ਮਸਲੇ ਹੱਲ ਕਰਵਾਏ, ਅਤੇ ਉਸ ਦੌਰਾਨ ਗੂੜੀ ਮਿੱਤਰਤਾ ਜੋ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਸੀ ਉਹ ਵੱਧਦੀ ਗਈ। ਅਤੇ ਕਿਉਂਕਿ ਮੈਂ ਮਲੂਕਾ ਸਾਹਿਬ 'ਚ ਇੱਕ ਗੱਲ ਨੋਟ ਕੀਤੀ ਹੈ ਵੀ ਉਹ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਦਿਲੋਂ ਹੱਲ ਕਰਵਾਉਂਦੇ ਹੈ, ਅਤੇ ਉਹਨਾਂ ਦੀ ਉਹ ਸ਼ਖਸੀਅਤ ਜੋ ਮੈਨੂੰ ਪ੍ਰਭਾਵਿਤ ਕਰ ਗਈ ਅਤੇ ਉਹਨਾਂ ਨਾਲ ਨੇੜਤਾ ਇਸ ਗੱਲ ਤੋਂ ਵਧੀ ਅਤੇ ਅੱਜ ਉਹ ਜੱਗ ਜ਼ਾਹਰ ਹੈ, ਕਿਉਂਕਿ ਮਲੂਕਾ ਸਾਹਿਬ ਰਾਮਪੁਰਾ ਫੂਲ ਹਲਕੇ ਦੇ ਅਤੇ ਨਾਲ ਖਾਸ ਤੌਰ 'ਤੇ ਰਾਮਪੁਰਾ ਫੂਲ ਦੇ ਸ਼ਹਿਰੀਆਂ ਨਾਲ ਇੱਕ ਪਰਿਵਾਰਕ ਨਾਤਾ ਬਣਾ ਕੇ ਚੱਲਦੇ ਨੇ। ਉਹ ਜੋ ਪਰਿਵਾਰਕ ਨਾਤੇ ਦੀ ਵਿਸ਼ੇਸ਼ਤਾ ਹੈ ਉਹਨਾਂ ਦੀ, ਉਹਨਾਂ ਨਾਲ ਉਹ ਗੂੜੀ ਮਿੱਤਰਤਾ ਕਹਿ ਲਓ ਜਾਂ ਨੇੜਤਾ ਵਿੱਚ ਬਦਲ ਗਈ। ਜੌੜਾ ਸਾਹਿਬ, ਜਿਵੇਂ ਤੁਸੀਂ ਕਹਿੰਦੇ ਹੋ ਜਿਹੜੇ ਮਲੂਕਾ ਸਾਹਿਬ ਇਹ ਲੋਕਾਂ ਨੂੰ ਜਿਹੜੇ ਹੈਗੇ ਲੋਕਾਂ ਦੇ ਮਸਲਿਆਂ ਨੂੰ ਤਰਜੀਹ ਦਿੰਦੇ ਆ, ਪਹਿਲ ਦੇ ਆਧਾਰ 'ਤੇ ਹੱਲ ਕਰਦੇ ਆ,
10 साल जिहड़ी सीगी अकाली दल दी सरकार रही है जी, 5 साल कांग्रेस दा राज रहा इहदों पहलां जी, ते उस कांग्रेस दे राज ते अकाली दल दे राज दे विच शहर दा किन्ना कु विकास होया उहदे बारे की कहना तुहाडा? ओलक साहब, जिस तरह 97 विच सब तों पहलां मलूका साहब चोण जित्ते, उस तों बाद मंत्री भी बने, उन्हां ने आपदे मंत्री पद दे दौरान जो शहर दा विकास करन दा तरीका सी, उन्हां दी प्लैनिंग सी, उन्होंने एक रोड मैप तैयार किया हलका रामपुरा फूल वास्ते, ते खासकर रामपुरा फूल वास्ते शहर वास्ते उन्होंने तरजीह दी भी सब तो पहला जो बेसिक जरूरत है रामपुरा शहर दियाँ उस वल ध्यान दिता जाए तो उन्होंने पूरा किया जाए। उस तो बाद दोबारा फिर जो अकाली दल की सरकार आई 10 साल की जो टर्म का तुसी जिक्र करते हो, उस विच उन्होंने उस रोड मैप ते अमल करके शहर दे जिन्ने भी विकास कार्य सी, क्योंकि सब तो पहला तो जो लोगों दियां विशेष जरूरत है, चाहे वह साफ पानी की है, सीवरेज की निकासी की है, बारिश के पानी की है, तो जां गलियां नालियां पक्कियां करनियां हैगियां, उसका जो उन्होंने आपदे रोड मैप शुरुआत की वो एक विलक्षण रामपुरा फूल लई जरूरत सी, ते उस जरूरत नूं मलूका साहब ने पूरा किया। जिस तरह आपां देखदे हां भी आने वाले समय च जो मॉडर्न युग है, दिनों दिन ट्रैफिक की समस्या बढ़ रही है, क्योंकि हरेक शहरी चाहुंदा है भी मेरे कोले वहीकल होवे ते जां फोर व्हीलर वहीकल होवे, ते मैं जो बाजार चाहवां तां मैनू खरीदारी करन लई चौड़े बाजार चाहिए है। वो मलूका साहब की देन सी कि उन्होंने बाजारों वल ध्यान दिता, बाजारों नूं चौड़ा करवाया, खुले बाजार, ते इस तो अलावा जो सीवरेज की समस्या सी उस नूं हल किया। ते इस हल्के च जो वटरनरी कॉलेज मेरा ख्याल सब तो पहला जे कि पंजाब च किसी होर शहर च बनया यूनिवर्सिटी PhD तो बाद, तो रामपुरा फूल च जो लिया है मलूका साहब ने लिया है उन्हां दी देन है। इस तो अलावा बिजली सरप्लस करना, क्योंकि बिजली साढ़े लई एक बहुत महत्वपूर्ण अंग हैगा साड़ी जिंदगी दा, उन्हूं सरप्लस करन लई जो वादा किया गया सीगा वो इलाके च मेरा ख्याल जिन्नियां ग्रिडां मलूका साहब ने बनवाइया है, तो बिजली की समस्या आने वाले 20 साल तक उन्होंने हल करती है, ते शहर नू जो धुएं तो निजात दवाई, बिजली के कट्टां तो निजात दवाई, वह भी मलूका साहब की देन सी। ते अमन चैन लई जो उन्हां दी तरजीह सी, क्योंकि व्यापार जो व्यापारी व्यापार करना चाहुंदा वह सब तो पहला उन्हां दी जरूरत हुंदी है भी अमन चैन की स्थिति होवे, किसी तरह का डर भौ शहर च ना होवे। मलूका साहब की तरजीहत सी भी सब तो पहला शहर नूं अमन पसंद जो शहर हैगा वह रामपुरा फूल कहाया जाए, तो इत्थे इंस्पैक्टरी राज तो मुक्ति जो मलूका साहब के राज विच रही है, यह सब तो वड्डी तरजीह सी उन्हां दी, ते सब तो विलक्षण उन्हां दे राज दी इह आपां कह सकदे हां वी खासियत सी। जो पिछले 5 सालां तो कांग्रेस का राज रहेगा उह च इक गल देखण नूं मिली है कि जो मलूका साहब वेले आम शहरी दी अप्रोच सी प्रशासन तक वह कांग्रेस के राज विच नहीं रही सी, सिर्फ कांग्रेस के राज विच भ्रिष्टाचार ते अफसरी राज जो हावी रहा, यह सब तो बड़ा फर्क जो आम शहरियां नूं देखण नूं मिलिया, ते उन्होंने इस दा जो तकलीफ दे तौर ते भी शहर विच चलिया। ते इस तो अलावा जे डिवेलपमेंट की आपां गल करिए तां इह सारे शहरियां नूं पता, सारे हल्के नूं पता है, ते सारे पंजाब की आपां गल कर सकदे हां भी चैनल वाले तुसीं भी इस गल नूं उजागर करदे रहे हो समय समय ते, भी इन्हां ने कोई विकास वल तां ध्यान नहीं दिता, इन्हां दी आपस च कांग्रेस की खिचोतान जो है लोगों को परेशानी का सबब भी बनी है। जड़ा साहब, जिवें कांग्रेस पार्टी दावा कर रही है भी शहर वास्ते जिहड़ा रेलवे ओवरब्रिज आ वह कांग्रेस की देन आ, और ये जिहड़ा शहरियों को बड़े पद्धर से फायदा होगा, तुहाडा ही कहना सुन लैके? ओलक साहब, जो ये ओवरब्रिज का प्रोजैक्ट कांग्रेस सरकार वालों लिया गया, मेरा यह मानना है कि शहर का जे एक मीटिंग बुला के कंसेंसस बनाया जाता ਤਾਂ ਬਹੁਤ ਵੱਡੀ ਗੱਲ ਹੋਣੀ ਸੀ, ਅਤੇ ਰਿਜ਼ਲਟ ਹੋਰ ਹੋਣਾ ਸੀ, ਇਸ ਦਾ ਫੈਸਲਾ ਹੋਰ ਹੋਣਾ ਸੀ, ਕਿਉਂਕਿ ਜੋ ਰਾਮਪੁਰਾ ਫੂਲ ਸ਼ਹਿਰ ਹੈ ਦੋ ਹਿੱਸਿਆਂ 'ਚ ਵੰਡਿਆ ਵਾ, ਇੱਕ ਨੂੰ ਆਪਾਂ ਪਟਿਆਲਾ ਮੰਡੀ ਕਹਿੰਦੇ ਹਾਂ, ਇੱਕ ਨੂੰ ਆਪਾਂ ਨਾਭਾ ਮੰਡੀ ਕਹਿੰਦੇ ਹਾਂ। ਕੁਛ ਜ਼ਰੂਰੀ ਸੇਵਾਵਾਂ ਜੋ ਹੈ ਨਾਭਾ ਮੰਡੀ ਵਿੱਚ 'ਚ ਮੌਜੂਦ ਨੇ, ਕੁਛ ਜ਼ਰੂਰੀ ਸੇਵਾਵਾਂ ਪਟਿਆਲਾ ਮੰਡੀ ਵਿੱਚ ਜ਼ਰੂਰਤ ਦੇ ਮੁਤਾਬਕ ਹਨ ਜੀ, ਕਿਉਂਕਿ ਇਹ ਜੋ ਓਵਰਬ੍ਰਿਜ ਬਣਨਾ ਹੈਗਾ ਇਸ ਨਾਲ ਇੱਕ ਬਹੁਤ ਵੱਡੀ ਦਿੱਕਤ ਆਏਗੀ, ਕਿਉਂਕਿ ਇਸ ਦੀ ਲੰਬਾਈ
ਅਤੇ ਸਟਰਕਚਰ ਦੇ ਹਿਸਾਬ ਨਾਲ ਇਹ ਸ਼ਹਿਰ 'ਚ ਦੋ ਹਿੱਸਿਆਂ 'ਚ ਵੰਡਿਆ ਜਾਏਗਾ। ਉਸ ਵੰਡ ਦੇ ਤਹਿਤ ਜੋ ਪਟਿਆਲਾ ਮੰਡੀ ਅਤੇ ਨਾਭਾ ਮੰਡੀ ਵੱਖ ਵੱਖ ਹੋ ਕੇ ਰਹਿ ਜਾਏਗੀ, ਜਦੋਂ ਵੱਖ ਵੱਖ ਹੋਏਗੀ ਤਾਂ ਇੱਥੋਂ ਦੀਆਂ ਜੋ ਡਿਵੈਲਪਮੈਂਟ, ਜੋ ਆਪਾਂ ਕਹਿੰਦੇ ਹਾਂ ਵੀ ਤਰੱਕੀ ਦਾ ਸੋਰਸ ਹੈ, ਉਹ ਵੱਧ ਕੇ ਰਹਿ ਜਾਏਗਾ, ਸਟੈਂਡ ਸਟਿੱਲ ਹੋ ਜਾਏਗਾ, ਉਹ ਐਂ ਸਮਝ ਲਓ ਖੜੋਤ ਆ ਜਾਏਗੀ ਉਸ 'ਚ, ਅਤੇ ਸ਼ਹਿਰੀਆਂ ਨੂੰ ਪਰੇਸ਼ਾਨੀ ਵੱਧ ਕਰਨ ਝੱਲਣੀ ਪਏਗੀ ਇਸ ਦੇ ਸੁੱਖ ਨਾਲੋਂ, ਕਿਉਂਕਿ ਇੱਥੇ ਜੋ ਜ਼ਰੂਰਤ ਸੀਗੀ ਅੰਡਰਬ੍ਰਿਜ ਦੀ ਸੀ, ਜਿਹਦੇ ਨਾਲ ਕਿ ਦੋਨੇ ਸ਼ਹਿਰ ਦੇ ਪਾਰਟ ਜੁੜੇ ਰਹਿੰਦੇ ਅਤੇ ਲੋਕ ਜੋ ਟ੍ਰੈਫਿਕ ਦੀ ਸਮੱਸਿਆ, ਰੇਲਵੇ ਟ੍ਰੈਫਿਕ ਦੀ ਸਮੱਸਿਆ ਸੀ, ਉਸ ਤੋਂ ਵੀ ਨਿਜਾਤ ਲੈ ਸਕਦੇ। ਅਤੇ ਇਹ ਜਿਹੜਾ ਬ੍ਰਿਜ ਹੈਗਾ, ਜਿੱਥੇ ਫੈਕਟਰੀ ਰੋਡ ਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ, ਕਿਉਂਕਿ ਉੱਥੋਂ ਦਾ ਕਾਰੋਬਾਰ ਬਿਲਕੁਲ ਹੀ ਖਤਮ ਹੋ ਜਾਣਾ। ਜੇ ਪਾਰਕ ਰੋਡ, ਰੇਲਵੇ ਰੋਡ ਜਿਹਨੂੰ ਆਪਾਂ ਕਹਿੰਦੇ ਹਾਂ, ਉਸ ਦਾ ਵੀ ਜੋ ਦੁਕਾਨਦਾਰਾਂ ਦਾ ਹੈਗਾ ਸਾਰਾ ਵਪਾਰ ਖਤਮ ਹੋ ਜਾਣਾ। ਅਤੇ ਸ਼ਹਿਰ ਨੂੰ ਜੋ ਤਰੱਕੀ ਮਿਲਣੀ ਸੀ ਜੇ ਇੱਥੇ ਅੰਡਰਬ੍ਰਿਜ ਹੁੰਦਾ, ਤਾਂ ਦੋਨੇ ਪਾਸੇ ਇੱਕੋ ਜਿਹੇ ਡਿਵੈਲਪ ਹੋਣੇ ਸੀ। ਹੁਣ ਜਿਹੜਾ ਸਾਡੇ ਪੇਂਡੂ ਵੀਰ ਆਏ ਗਏ, ਜੋ ਵੱਖ ਵੱਖ ਪਿੰਡਾਂ ਤੋਂ ਇੱਥੇ ਆਉਂਦੇ ਹੈ, ਉਹਨਾਂ ਦੀ ਤਰਜੀਹ ਜੇ ਪਟਿਆਲਾ ਮੰਡੀ ਵਾਲਾ ਤਾਂ ਪਟਿਆਲਾ ਮੰਡੀ ਵਾਲੇ ਪਾਸੇ ਰਹਿ ਜਾਏਗੀ, ਅਤੇ ਜੇ ਨਾਭਾ ਮੰਡੀ ਵਾਲੇ ਪਾਸੇ ਆ ਤਾਂ ਨਾਭਾ ਮੰਡੀ ਵਾਲੇ ਪਾਸੇ ਰਹਿ ਜਾਏਗੀ। ਇਸ ਲਈ ਉਹ ਜੋ ਸੰਤੁਲਨ ਵਿਗੜਨ ਦਾ ਇੱਕ ਬਹੁਤ ਵੱਡਾ ਖਾਸ ਹੈ। ਅਤੇ ਇਸ ਤੋਂ ਇਲਾਵਾ ਸਾਡੇ ਜੋ ਭਾਰਤੀਆ ਮਾਡਲ ਸਕੂਲ ਹੈ ਇੱਕ, ਉੱਥੇ ਬਹੁਤ ਵੱਡੀ ਸਟਰੈਂਥ 'ਚ ਬੱਚੇ ਪੜ੍ਹਦੇ ਆ ਨਾਭਾ ਮੰਡੀ ਦੇ, ਉਹਨਾਂ ਲਈ ਵੀ ਇੱਕ ਖਤਰੇ ਦਾ ਸਬੱਬ ਬਣੇਗਾ, ਕਿਉਂਕਿ ਉਹਨਾਂ ਨੂੰ ਪੁਲ ਤੋਂ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਮੁਹੱਈਆ ਨਹੀਂ ਕਰਾਇਆ ਗਿਆ। ਜੇ ਆਪਾਂ ਗੱਲ ਕਰ ਲਈਏ ਵੀ ਜੇ ਪੁਲ ਨੂੰ ਜਿੰਨਾ ਟਾਈਮ ਲੱਗਣਾ, ਉਸ ਲਈ ਅਲਟਰਨੇਟ ਰੂਟ ਜਿਹਾ ਹੈਗਾ ਪ੍ਰਸ਼ਾਸਨ ਨੂੰ ਦੇਣਾ ਜ਼ਰੂਰੀ ਸੀ, ਉਹ ਵੀ ਨਹੀਂ ਦਿੱਤਾ ਗਿਆ। ਅਤੇ ਬਣਨ ਤੋਂ ਬਾਅਦ ਤਾਂ ਜੋ ਮੁਸ਼ਕਲਾਂ ਆਉਣੀਆਂ ਆਉਣੀਆਂ ਹੀ ਹੈ, ਇਸ ਦੇ ਨਿਰਮਾਣ ਦੇ ਦੌਰਾਨ ਵੀ ਆਮ ਸ਼ਹਿਰੀਆਂ ਨੂੰ ਬਹੁਤ ਵੱਡਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮੇਰੇ ਹਿਸਾਬ ਨਾਲ ਇਹ ਪੁਲ ਦੀ ਜ਼ਰੂਰਤ ਨਹੀਂ ਸੀ, ਇੱਥੇ ਅੰਡਰਬ੍ਰਿਜ ਦੀ ਜ਼ਿਆਦਾ ਜ਼ਰੂਰਤ ਸੀ। ਜੀ ਸਰ, ਜੋੜਾ ਸਾਹਿਬ, ਜਿਵੇਂ ਤੁਹਾਡਾ ਰਾਜਨੀਤੀ ਦੇ ਵਿੱਚ ਤਾਂ ਇੱਕ ਵੱਖਰੀ ਪਛਾਣ ਪਹਿਲੀ ਬਹੁਤ ਬਣੀ ਵੀ ਆ, ਅਤੇ ਸਮਾਜ ਸੇਵਾ ਦੇ ਵਿੱਚ ਵੀ ਤੁਸੀਂ ਕਾਫੀ ਜ਼ਿਆਦਾ ਜਿਹੜਾ ਹੈਗਾ ਗਾ ਆਪਣਾ ਆਪਣਾ ਟਾਈਮ ਦੇ ਰਹੇ ਹੋ, ਅਤੇ ਸਮਾਜ ਸੇਵਾ ਵਾਲੇ ਪਾਸੇ ਤੁਹਾਡਾ ਜਿਹੜਾ ਧਿਆਨ ਆ ਉਹ ਕਿਸ ਤਰ੍ਹਾਂ ਗਿਆ ਸਰ? ਇਹ ਜਿਸ ਤਰ੍ਹਾਂ ਸਮਾਜ ਸੇਵਾ ਦੀ ਤੁਸੀਂ ਗੱਲ ਕੀਤੀ ਹੈ, ਇਹ ਮੈਨੂੰ ਬਚਪਨ ਤੋਂ ਹੀ, ਜਦੋਂ ਮੈਂ ਆਪਦੇ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਵਾਪਸ ਰਾਮਪੁਰਾ ਫੂਲ 'ਚ ਆਇਆ, ਤਾਂ ਮੇਰਾ ਸਰਕਲ ਦੋਸਤਾਂ ਦਾ ਇਹੋ ਜਿਹਾ ਸੀ ਵੀ ਅਸੀਂ ਉਸ ਵੇਲੇ ਕਈ ਸ਼ਖਸੀਅਤਾਂ ਤੋਂ ਪ੍ਰਭਾਵਿਤ ਹੋ ਕੇ, ਕਿਉਂਕਿ ਸਾਡਾ ਉੱਠਣਾ ਬੈਠਣਾ ਕੰਪਨੀ ਇਸ ਤਰ੍ਹਾਂ ਦੀ ਸੀਗੀ ਵੀ ਜਿਹੜੇ ਸਮਾਜ ਸੇਵਾ ਨੂੰ ਸਮਰਪਿਤ ਸੀ, ਉਹਨਾਂ ਦੇ ਗਾਈਡੈਂਸ ਦੇ ਸਦਕਾ ਅਤੇ ਸਾਡੇ ਵਿੱਚ ਉਹਨਾਂ ਨੇ ਜੋ ਸਮਾਜ ਸੇਵਾ ਦਾ ਇੱਕ ਨਜ਼ਰੀਆ ਪੇਸ਼ ਕੀਤਾ ਜਾਂ ਸਾਡੇ ਵਿਚਾਰਾਂ ਨੂੰ ਬਦਲਣ 'ਚ ਬਹੁਤ ਉਹਨਾਂ ਦਾ ਅਹਿਮ ਕਿਰਦਾਰ ਸੀ, ਕਿਉਂਕਿ ਅਸੀਂ ਤਾਜ਼ੇ ਤਾਜ਼ੇ ਕਾਲਜ ਦੀ ਪੜ੍ਹਾਈ ਤੋਂ ਆਏ ਸੀਗੇ ਅਤੇ ਅਸੀਂ ਲੋਕਾਂ 'ਚ ਜਦੋਂ ਵਿਚਰੇ ਤਾਂ ਸਾਨੂੰ ਲੱਗਿਆ ਵੀ ਸਮਾਜ ਦੀਆਂ ਬਹੁਤ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਜੋ ਅਸੀਂ ਹੱਲ ਕਰ ਸਕਦੇ। ਅਸੀਂ ਇੱਕ ਗਰੁੱਪ 20-25 ਸਾਡੇ ਸਾਥੀਆਂ ਦਾ ਬਣਾਇਆ, ਉਸ ਤੋਂ ਬਾਅਦ ਸ਼ਹਿਰ ਦੀਆਂ ਜੋ ਬੇਸਿਕ ਸਮੱਸਿਆਵਾਂ ਸਨ, ਜੋ ਆਮ ਸ਼ਹਿਰੀ ਆਮ ਲੋਕਾਂ ਦੀਆਂ ਸਮੱਸਿਆਵਾਂ ਸੀ, ਅਸੀਂ ਘਰ ਘਰ ਜਾ ਕੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਸਮੇਂ ਸਮੇਂ 'ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਸਭ ਤੋਂ ਪਹਿਲਾਂ ਸਿਟੀ ਵੈਲਫੇਅਰ ਕਲੱਬ ਦਾ ਨਾਂ ਅਤੇ ਇੱਕ ਸੰਸਥਾ ਬਣਾਈ ਸੀ, ਉਸ 'ਚ ਅਸੀਂ ਕੈਂਪ ਲਗਾਉਂਦੇ ਸੀ ਆਮ ਸ਼ਹਿਰੀਆਂ ਲਈ। ਸਭ ਤੋਂ ਵੱਡੀ ਗੱਲ ਉਸ ਵੇਲੇ ਅਸੀਂ ਮਹਿਸੂਸ ਕੀਤਾ ਵੀ ਸ਼ਹਿਰ ਦਾ ਜੋ ਸਫਾਈ ਦਾ ਪ੍ਰਬੰਧ ਹੈ ਉਹ ਬਹੁਤ ਨਿੱਘਰ ਚੁੱਕਿਆ ਸੀ, ਅਤੇ ਅਸੀਂ ਉਸ ਵੇਲੇ ਸਾਰਿਆਂ ਨੇ ਰਲ ਕੇ ਆਪ ਉਸ 'ਚ ਯੋਗਦਾਨ ਪਾ ਕੇ ਅਤੇ ਮਿਊਂਸਪੈਲਿਟੀ ਦਾ ਯੋਗਦਾਨ ਲੈ ਕੇ ਜਿੰਨੇ ਵੀ ਸ਼ਹਿਰ 'ਚ ਡੰਪ ਸੀਗੇ ਉਹ ਅਸੀਂ ਸਾਰੇ ਕੋਲ ਆਪ ਦਾ ਯੋਗਦਾਨ ਪਾ ਕੇ ਉਹਨੂੰ ਕਲੀਅਰ ਕਰਾਇਆ, ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਰਿਆਵਲ ਹਰਿਆਵਲ ਲਈ ਅਸੀਂ ਪੌਦੇ ਲਗਾਏ, ਅਤੇ ਸਭ ਤੋਂ ਵੱਡੀ ਗੱਲ ਸਾਡੇ ਮਨਾਂ 'ਚ ਵੀ ਜੋ ਪੰਜਾਬ ਦਾ ਸੱਭਿਆਚਾਰ ਹੈ ਉਸ ਨੂੰ ਸੰਭਾਲਣਾ ਉਸ ਵੇਲੇ ਦੀ ਬਹੁਤ ਵੱਡੀ ਅਸੀਂ ਜ਼ਰੂਰਤ ਸਮਝੀ ਸੀ, ਤਾਂ ਅਸੀਂ ਉਸ ਵੱਲ ਵੀ ਧਿਆਨ ਦਿੰਦੇ ਹੋਏ ਨੌਜਵਾਨਾਂ ਨੂੰ ਇਕੱਠੇ ਕੀਤਾ, ਯੂਥ ਫੈਸਟੀਵਲ ਕਰਾਏ, ਪੰਜਾਬ ਅਤੇ ਪੰਜਾਬੀਅਤ ਦਾ ਜੋ ਸਹੀ ਮਾਇਨਿਆਂ 'ਚ ਅਸੀਂ ਪ੍ਰਚਾਰ ਕਰ ਸਕਦੇ ਸੀਗੇ ਅਤੇ ਉਹ ਕੀਤਾ। ਅਸੀਂ ਸ਼ਹਿਰ 'ਚ ਜੋ ਰੇਲਵੇ ਪਾਰਕ ਦੇ ਨਾਂ ਨਾਲ ਮਸ਼ਹੂਰ ਹੈ, ਉਸ ਵੇਲੇ ਤਕਰੀਬਨ ਅਸੀਂ 20 ਸਾਲ ਤੱਕ ਆਪਦੇ ਤੌਰ 'ਤੇ ਉਸ ਦੀ ਦੇਖ ਰੇਖ ਕਰਦੇ ਰਹੇ। ਅਤੇ ਇਸ ਤੋਂ ਇਲਾਵਾ ਵੀ ਸਮੇਂ ਸਮੇਂ 'ਤੇ ਸਾਨੂੰ ਜਿਹੜੀਆਂ ਵੀ ਜ਼ਰੂਰਤਾਂ ਮਹਿਸੂਸ ਹੁੰਦੀਆਂ ਰਹੀਆਂ ਵੀ ਪਛੜਾ ਵਰਗ ਹੈ ਜੋ ਜਾਂ ਕੋਈ ਜ਼ਰੂਰਤਮੰਦ ਹੈ ਉਹਨਾਂ ਨੂੰ ਅਸੀਂ ਸਹਾਇਤਾ ਕਰਦੇ ਸੀ। ਉਹ ਸਾਡਾ ਪਹਿਲਾ ਕਦਮ ਸੀ ਸ਼ਹਿਰ 'ਚ ਸਮਾਜ ਸੇਵਾ ਵੱਲ, ਜਦੋਂ ਅਸੀਂ ਕਿ ਹਜੇ ਅੱਲੜ ਉਮਰ 'ਚ ਸੀ, 20-21 ਸਾਲ ਦੀ ਉਮਰ 'ਚ, ਉਦੋਂ ਤੋਂ ਅਸੀਂ ਸਮਾਜ ਸੇਵਾ ਵਿੱਚ ਲੋਕਾਂ ਨਾਲ ਵਿਚਰਦੇ ਰਹੇ ਹਾਂ।
ਅਤੇ ਹੁਣ ਵੀ ਸਾਡੇ ਅੰਦਰ ਚਾਹੇ ਅਸੀਂ ਰਾਜਨੀਤਿਕ ਹੈ ਪਰ ਦਰਦ ਲੋਕਾਂ ਦਾ ਉਹੀ ਹੈ ਜੇ ਕੋਈ ਜ਼ਰੂਰਤਮੰਦ ਹੈ ਤਾਂ ਅਸੀਂ ਪਹਿਲਾਂ ਸਿਆਸਤ ਛੱਡ ਕੇ ਉਹਦੀ ਸੇਵਾ ਕਰਨਾ ਆਪਦਾ ਫਰਜ਼ ਸਮਝਦੇ। ਜੇਕਰ ਆਪਾਂ ਜ਼ਰੂਰਤਮੰਦਾਂ ਦੀ ਸਰ ਗੱਲ ਕਰੀਏ 2019-20 ਦੇ ਵਿੱਚ ਕੋਵਿਡ ਦਾ ਕਾਫੀ ਪ੍ਰਕੋਪ ਆਇਆ ਕਾਫੀ ਲੋਕ ਕੋਵਿਡ ਨਾਲ ਪ੍ਰਭਾਵਿਤ ਹੋਏ ਤੁਸੀਂ ਵੀ ਵੱਡੀ ਪੱਧਰ 'ਤੇ ਕੋਵਿਡ ਦੇ ਵਿੱਚ ਆਪਣਾ ਯੋਗਦਾਨ ਨਿਭਾਇਆ ਲੋਕਾਂ ਦੇ ਘਰ ਘਰ ਜਿਹਨੂੰ ਕਿਤੇ ਰਾਸ਼ਨ ਦੀ ਲੋੜ ਸੀ ਕੋਈ ਦਵਾਈਆਂ ਦੀ ਲੋੜ ਸੀ ਦਵਾਈਆਂ ਪਹੁੰਚਾਈਆਂ ਇਸ ਤਰ੍ਹਾਂ ਦਾ ਸਰ ਜਿਹੜਾ ਖਿਆਲ ਆ ਉਹ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਦੀ ਇਸ ਤਰ੍ਹਾਂ ਕਰਕੇ ਵੀ ਇੱਕ ਸੇਵਾ ਕੀਤੀ ਜਾ ਸਕਦੀ ਆ? ਮੈਂ ਇੱਥੇ ਇੱਕ ਵਿਸ਼ੇਸ਼ ਤੌਰ 'ਤੇ ਤੁਹਾਡੇ ਨਾਲ ਆਪਦੀ ਨਿੱਜੀ ਗੱਲ ਸਾਂਝੀ ਕਰਨੀ ਚਾਹੂੰਗਾ ਜੀ ਵੀ ਮੇਰੀ ਧਰਮ ਪਤਨੀ ਬੜੀ ਹੀ ਇਸ ਤਰ੍ਹਾਂ ਦੇ ਸਮਾਜ ਸੇਵਾ ਜਾਂ ਲੋਕਾਂ ਦੇ ਹਮੇਸ਼ਾ ਮਦਦ ਕਰਨ ਲਈ ਤਤਪਰ ਰਹਿੰਦੀ ਸੀ ਚਾਹੇ ਉਹ ਇਸ ਵੇਲੇ ਇਸ ਦੁਨੀਆ 'ਤੇ ਨਹੀਂ ਹੈ ਪਰ ਉਹਨਾਂ ਦੇ ਜੋ ਅਧੂਰੇ ਕੰਮ ਛੱਡੇ ਵੀ ਸੀ ਉਹ ਕੋਵਿਡ ਦੌਰਾਨ ਮੈਨੂੰ ਇੱਕ ਇਸ ਗੱਲ ਦਾ ਮਨ ਤੋਂ ਹੀ ਉੱਠੀ ਭਾਵਨਾ ਵੀ ਇਸ ਵੇਲੇ ਲੋਕ ਬਹੁਤ ਬਿਪਤਾ 'ਚ ਹੈ ਲੋਕਾਂ ਨੂੰ ਰਾਸ਼ਨ ਦੀ ਵੀ ਜ਼ਰੂਰਤ ਹੈ ਦਵਾਈਆਂ ਦੀ ਵੀ ਜ਼ਰੂਰਤ ਹੈ ਮਾਇਕ ਸਹਾਇਤਾ ਦੀ ਵੀ ਜ਼ਰੂਰਤ ਹੈ ਉਹ ਉਹਨਾਂ ਦੀ ਪ੍ਰੇਰਣਾ ਮੇਰੇ ਮਨ 'ਚ ਸੀ ਵੀ ਉਹਦੇ ਅਧੂਰੇ ਕਾਰਜਾਂ ਦੀ ਜੋ ਮੈਂ ਇੱਕ ਪੂਰਤੀ ਤੁਸ਼ ਜੀ ਕਰ ਸਕਾਂ ਤਾਂ ਉਸ ਨੂੰ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਵੀ ਕਿਸੇ ਨੂੰ ਕੋਈ ਰਾਸ਼ਨ ਦੀ ਜ਼ਰੂਰਤ ਸੀ ਮੈਂ ਆਪਦੇ ਤੌਰ 'ਤੇ ਰਾਸ਼ਨ ਪਹੁੰਚਾਉਣ ਦੀ ਜ਼ਰੂਰਤ ਕੋਸ਼ਿਸ਼ ਕੀਤੀ ਹੈ ਜੇ ਦਵਾਈਆਂ ਦੀ ਜ਼ਰੂਰਤ ਸੀ ਤਾਂ ਦਵਾਈਆਂ ਦੀ ਜੇ ਕਿਸੇ ਨੂੰ ਮਾਇਕ ਮਦਦ ਦੀ ਵੀ ਜ਼ਰੂਰਤ ਉਹਨਾਂ ਦਿਨਾਂ 'ਚ ਪਈ ਹੈ ਤਾਂ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੀ ਮੇਰੀ ਸਮਰੱਥਾ ਸੀ। ਜੋੜਾ ਸਾਹਿਬ ਇਲੈਕਸ਼ਨ ਦੇ ਵਿੱਚ ਥੋੜ੍ਹੇ ਦਿਨ ਹੀ ਬਾਕੀ ਆ 20 ਫਰਵਰੀ ਨੂੰ ਵੋਟਾਂ ਪੈਣੀਆਂ ਅਤੇ ਕਹਿੰਦੇ ਰਾਮਪੁਰਾ ਫੂਲ 'ਚ ਕੁੰਡੀਆਂ ਸਿੰਘ ਪੂਰੀ ਤਰ੍ਹਾਂ ਫਸੇ ਵੈਦ ਕੀ ਅਤੇ ਕੁੰਡੀਆਂ ਸਿੰਘਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਮਲੂਕਾ ਸਾਹਿਬ ਦਾ ਵੀ ਕਾਫੀ ਜ਼ੋਰ ਲੱਗਿਆ ਵਾ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਨੇ ਵੀ ਕਾਫੀ ਜ਼ੋਰ ਲਾਇਆ ਤੀਜੀ ਧਿਰ ਵੀ ਇੱਕਾਂ ਦੇ ਵਿੱਚ ਆ ਗਈ ਆਮ ਆਦਮੀ ਪਾਰਟੀ ਅਤੇ ਕੀ ਵੇਖਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਨੂੰ ਆਉਣ ਵਾਲਾ ਮਾਹੌਲ ਕਿਸ ਤਰ੍ਹਾਂ ਲੱਗ ਰਿਹਾ ਜੀ? ਔਲਖ ਸਾਹਿਬ ਇਸ ਵੇਲੇ ਜੋ ਮੌਜੂਦਾ ਰਾਜਨੀਤਿਕ ਸੀਨ 'ਚ ਆਪਾਂ ਕਹਿ ਸਕੀਏ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਕੁੰਡੀਆਂ ਦੇ ਸਿੰਘ ਫਸ ਗਏ ਤਾਂ ਲੋਕਾਂ ਦੀ ਜੋ ਫੈਸਲਾ ਲੈਣਾ ਹੈਗਾ ਉਹ ਬਹੁਤ ਵੱਡੀ ਤਾਕਤ ਹੈ ਅਤੇ ਉਹਨਾਂ ਦੇ ਫੈਸਲੇ ਨਾਲ ਹੀ ਸਾਰਾ ਕੁਛ ਹੋਣਾ ਹੁੰਦਾ। ਪਰ ਇੱਥੇ ਵਿਸ਼ੇਸ਼ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਮਲੂਕਾ ਸਾਹਿਬ ਦੇ ਉਹੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਕੰਮਾਂ ਦਾ ਜੋ ਆਪਣੇ ਕੋਲ ਇਤਿਹਾਸ ਹੈ ਜੋ ਉਹਨਾਂ ਨੇ ਪਹਿਲਾਂ ਕੰਮ ਕੀਤੇ ਹੈ ਅਤੇ ਆਉਣ ਵਾਲੇ ਸਮੇਂ 'ਚ ਜੋ ਉਹਨਾਂ ਦਾ ਰੋਡ ਮੈਪ ਹੈ ਉਹ ਇੱਕ ਬਹੁਤ ਨਿਰਣਾਇਕ ਜਿਹੜਾ ਇਸ ਇਲਾਕੇ ਦੀ ਸਿਆਸਤ 'ਚ ਮੋੜ ਹੋਊਗਾ ਕਿਉਂਕਿ ਜੋ ਇਸ ਵੇਲੇ ਨੌਜਵਾਨ ਹੈ ਵਪਾਰੀ ਹੈ ਕਿਸਾਨ ਹੈ ਗਰੀਬ ਹੈ ਉਹ ਇੱਕ ਬਹੁਤ ਬਿਪਤਾਜਨਕ ਸਥਿਤੀ 'ਚ ਹੈ। ਉਸ ਨੂੰ ਬਾਹਰ ਕੱਢਣ ਲਈ ਲੋਕ ਦੇਖ ਰਹੇ ਆ ਵੀ ਕੌਣ ਸਾਡਾ ਮਸੀਹਾ ਬਣ ਕੇ ਅੱਗੇ ਆਏਗਾ। ਉਸ ਮਸੀਹੇ ਦੇ ਤੌਰ 'ਤੇ ਸਰਦਾਰ ਸਿਕੰਦਰ ਸਿੰਘ ਮਲੂਕਾ ਵੰਨੀ ਲੋਕਾਂ ਦੀਆਂ ਨਜ਼ਰਾਂ ਕਿਉਂਕਿ ਇੱਕ ਇਸ ਤਰ੍ਹਾਂ ਦੇ ਧੜੱਲੇਦਾਰ ਲੀਡਰ ਨੇ ਉਹ ਸ਼ਖਸੀਅਤ ਨੇ ਜਿਹੜੇ ਕਿ ਕਿਸੇ ਵੀ ਕੰਮ ਨੂੰ ਕਿਸੇ ਵੀ ਰੋਡ ਮੈਪ ਨੂੰ ਜੋ ਲੋਕਾਂ 'ਚ ਲੈ ਕੇ ਜਾਂਦੇ ਆ ਉਹਨੂੰ ਪੂਰਾ ਕਰਨ ਦੀ ਸਮਰੱਥਾ ਰੱਖਦੇ ਆ। ਜੋ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਮਲੂਕਾ ਸਾਹਿਬ ਦਾ ਰੋਡ ਮੈਪ ਦਿੱਤਾ ਗਿਆ ਲੋਕ ਉਸ 'ਤੇ ਵਿਸ਼ਵਾਸ ਕਰਦੇ ਆ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਵਪਾਰੀ ਨੂੰ ਦੱਬੇ ਕੁਲਚਲੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਕਿਸਾਨਾਂ ਨੂੰ ਉਹਨਾਂ 'ਤੇ ਭਰੋਸਾ ਹੈ ਉਹਨਾਂ ਦੀ ਹਰ ਇੱਕ ਗੱਲ 'ਤੇ ਭਰੋਸਾ ਹੈ। ਅਤੇ ਇਹ ਜੋ ਕੁੰਡੀਆਂ ਦੇ ਸਿੰਘ ਤੁਸੀਂ ਕਹਿ ਰਹੇ ਹੋ ਵੀ ਬਾਕੀ ਦੋ ਜੋ ਉਮੀਦਵਾਰ ਨੇ ਆਪਾਂ ਉਹਨਾਂ ਨੂੰ ਇੱਕ ਉਮੀਦਵਾਰ ਨੂੰ ਤਾਂ ਪਹਿਲਾਂ ਦੇਖ ਚੁੱਕੇ ਹਾਂ ਦੂਸਰੇ ਉਮੀਦਵਾਰ ਦੀ ਸ਼ਖਸੀਅਤ ਬਾਰੇ ਮੈਂ ਇੰਨਾ ਹੀ ਕਹੂੰਗਾ ਕਿ ਕੁਛ ਲੋਕ ਮੌਕਾ ਪ੍ਰਸਤੀ ਦੀ ਸਿਆਸਤ ਨਾਲ ਬਾਹਰੋਂ ਆ ਕੇ ਟਿਕਟ ਲੈ ਲੈਂਦੇ ਹੈ ਅਤੇ ਉਹਨਾਂ ਦਾ ਜੋ ਕਿਰਦਾਰ ਹੈ ਲੋਕ ਆਪ ਹੀ ਜਾਣਦੇ ਹੈ ਅਤੇ ਮਲੂਕਾ ਸਾਹਿਬ ਦੇ ਬਰਾਬਰ ਜਿਹੜਾ ਇਹਨਾਂ ਦਾ ਕਿਰਦਾਰ ਤੁਲਨਾ 'ਚ ਮੇਰਾ ਖਿਆਲ ਕਿਤੇ ਵੀ ਨਹੀਂ ਖੜਦਾ ਅਤੇ ਲੋਕ ਜਿਹੜਾ ਹੈਗੇ ਮਲੂਕਾ ਸਾਹਿਬ ਦੀ ਸ਼ਖਸੀਅਤ ਨੂੰ ਅਤੇ ਉਹਨਾਂ ਦੇ ਕੰਮਾਂ ਨੂੰ ਦੇਖ ਚੁੱਕੇ ਹੈ ਅਤੇ ਉਸ ਦੇ ਮੁਤਾਬਕ ਹੀ ਫੈਸਲਾ ਕਰਕੇ ਮਲੂਕਾ ਸਾਹਿਬ ਨੂੰ ਕਾਮਯਾਬ ਕਰਨਗੇ ਤਾਂ ਕਿ ਜੋ ਰਾਮਪੁਰਾ ਫੂਲ ਦਾ ਇਕੱਲਾ ਭਵਿੱਖ ਨਹੀਂ ਪੰਜਾਬ ਦੇ ਭਵਿੱਖ ਨੂੰ ਵੀ ਬਣਾਉਣ ਲਈ ਮਲੂਕਾ ਸਾਹਿਬ ਦਾ ਵਿਧਾਨ ਸਭਾ ਜਾਣਾ ਜ਼ਰੂਰੀ ਹੈ ਲੋਕ ਸਮਝਦੇ ਹੈ ਅਤੇ ਉਸ ਤਰ੍ਹਾਂ ਦਾ ਹੀ ਫੈਸਲਾ ਰਾਮਪੁਰਾ ਫੂਲ ਹਲਕੇ ਦੇ ਲੋਕ ਕਰਨਗੇ। ਤੁਸੀਂ ਵੇਖ ਰਹੇ ਸੀ ਸਾਡੇ ਨਾਲ ਮੌਜੂਦ ਸੀਗੇ ਉੱਘੇ ਸਮਾਜ ਸੇਵੀ ਅਤੇ ਉੱਘੇ ਰਾਜਨੀਤਿਕ ਜੇ ਆਪਾਂ ਕਹੀਏ ਰਾਜਨੀਤੀ ਦੇ ਥੰਮ
सुरेंद्र जौड़ा जी। जौड़ा साहब तुसीं सानूं अपने टाइम दे विचों कीमती टाइम दिता, तुहाडा साडे चैनल ते बहुत बहुत धन्नवाद। जसवीर जी तुहाडा भी बहुत बहुत धन्नवाद, NC7 चैनल का भी बहुत बहुत धन्नवाद।